ਪੰਜਾਬੀ ਨੈਸ਼ਨਲ ਟੀਵੀ ਦੇਖ ਰਿਹਾ ਸਭ ਦਰਸ਼ਕਾਂ ਦਾ ਸਵਾਗਤ ਹੈ ਇੱਕ ਵਾਰ ਫਿਰ ਹਾਜ਼ਰਾਂ ਤੁਹਾਡੇ ਲਈ ਟੋਕੀਓ 올림픽 2020 ਦੀਆਂ ਅੱਜ ਦੀਆਂ ਗਤੀਵਿਧੀਆਂ ਤੇ ਤੁਹਾਡੀ ਨਜ਼ਰ ਪਾਉਣ ਲਈ ਤੇ ਇਸ ਪ੍ਰੋਗਰਾਮ ਵਿੱਚ ਸਾਡੇ ਨਾਲ ਹਮੇਸ਼ਾ ਦੀ ਤਰ੍ਹਾਂ ਖੇਡ ਮਾਰ ਡਾਕਟਰ ਸੁਖਦਰਸ਼ਨ ਸਿੰਘ ਚਾਰਲਸ ਸਾਹਿਬ ਸਾਡੇ ਨਾਲ ਨੇ ਚਾਰਲਸ ਸਾਹਿਬ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਇੱਕ ਵਾਰੀ ਫੇਰ ਸਵਾਗਤ ਹੈ ਪੰਜਾਬੀ ਨੈਸ਼ਨਲ ਦੇ ਦਰਸ਼ਕਾਂ ਦਾ ਚਾਰਲਸ ਸਾਹਿਬ ਸਵੇਰੇ ਸਵੇਰੇ ਸਾਨੂੰ ਬਹੁਤ ਖੁਸ਼ੀ ਹੋਈ ਸੀ ਜਦੋਂ ਭਾਰਤ ਨੇ ਹਾਕੀ ਦੇ ਵਿੱਚ ਆਪਣਾ ਮੁਕਾਬਲਾ ਜਿੱਤ ਲਿਆ ਸੀ ਪੰਜਾਬ ਵਿੱਚ ਬੈਠੇ ਹੋਣ ਕਰਕੇ ਸਾਡਾ ਵੈਸੇ ਵੀ ਹਾਕੀ ਨਾਲ ਜ਼ਿਆਦਾ ਪ੍ਰੇਮ ਹੈ ਤੇ ਖਿਡਾਰੀ ਵੀ ਬਹੁਤੇ ਪੰਜਾਬ ਦੀ ਧਰਤੀ ਤੋਂ ਉੱਥੇ ਖੇਡ ਰਹੇ ਨੇ ਜੇ ਬਾਕੀ ਦੀਆਂ ਖੇਡਾਂ ਦੀ ਗੱਲ ਕਰੀਏ ਤੇ ਕਿਵੇਂ ਦਾ ਰਿਹਾ ਜੀ ਅੱਜ ਦਾ ਦਿਨ ਅਹ ਦੇਖੋ ਜੀ ਨਿਰਾਸ਼ ਨਹੀਂ ਹੋਣਾ ਚਾਹੀਦਾ ਤੇ ਖੁਸ਼ੀ ਵੀ ਜ਼ਿਆਦਾ ਨਹੀਂ ਮਨਾਉਣੀ ਚਾਹੀਦੀ ਤੇ ਕਿਉਂਕਿ ਸਵੇਰੇ ਸਾਨੂੰ ਖੁਸ਼ੀ ਦਿੱਤੀ ਇਹੀ ਖੇਡਾਂ ਦੀ ਇੱਕ ਖੂਬਸੂਰਤੀ ਹੈ ਕਿ ਤੁਹਾਨੂੰ ਇੰਨੀ ਕੁ ਖੁਸ਼ੀ ਖੇੜਾ ਹੈਲਥ ਇਹ ਪ੍ਰਦਾਨ ਕਰਦੀਆਂ ਦੁਨੀਆਂ ਦਾ ਮੈਂ ਸਮਝਦਾ ਕਿ ਇੱਕੋ ਇੱਕ ਜ਼ਰੀਆ ਹੈਗਾ ਇਹ ਕਿ ਜਿਹੜਾ ਰੰਗ ਭੇਦ ਤੋਂ ਬਿਨਾਂ ਖੁਸ਼ੀ ਦਿੰਦਾ ਹੈ ਬਰਾਬਰਤਾ ਦਿੰਦਾਗਾ ਤਾਂ ਖੇਡ ਦੇ ਮੈਦਾਨ ਦੇ ਵਿੱਚ ਤੁਸੀਂ ਪੂਰੇ ਕੋਈ ਕਮੇਟੀ ਸ਼ੋਅ ਨਹੀਂ ਤੁਹਾਨੂੰ ਇੰਨਾ ਚਿਰ ਖੁਸ਼ ਰੱਖ ਸਕਦਾ ਜਿੰਨਾ ਚਿਰ ਤੁਸੀਂ ਆਪਣਾ ਖੁਸ਼ ਰਹਨੇ ਤੇ ਭਾਰਤ ਦੇ ਲਈ ਜਿਵੇਂ ਤੁਸੀਂ ਗੱਲ ਕੀਤੀ ਸਵੇਰੇ ਸਵੇਰੇ ਅਸੀਂ 3-0 ਨਾਲ ਸਪੈਨ ਨੂੰ ਹਰਾਇਆ ਹੌਕੀ ਦੇ ਵਿੱਚ ਸਾਡੇ ਨੌਜਵਾਨ ਟੀਮ ਨੇ ਔਰ ਉਸ ਤੋਂ ਬਾਅਦ ਵੀ ਕਾਫੀ ਜਿਆਦੇ ਉਲਟਫੇਰ ਹੋਏ ਸਿਰਫ ਬਾਕਸਿੰਗ ਦੇ ਵਿੱਚ ਹੀ ਸਾਨੂੰ ਖੁਸ਼ਖਬਰੀ ਮਿਲੀ ਤੇ ਦੂਸਰੀਆਂ ਖੇਡਾਂ ਦੇ ਵਿੱਚ ਭਾਰਤ ਨੂੰ ਜਿਹੜੀ ਹੈ ਨਿਰਾਸ਼ਾ ਹੀ ਉਹ ਹੱਥ ਲੱਗੀ ਹੈ ਬਰਸਾਤ ਪੰਜਾਬ ਦੇ ਵਿੱਚ ਕਾਫੀ ਦੇਰ ਤੋਂ ੜੀਕੀ ਜਾ ਰਹੀ ਸੀ ਸਵੇਰੇ ਸਵੇਰੇ ਮੀਂਹ ਵੀ ਚੰਗਾ ਪੈ ਗਿਆ ਤੇ ਹਾਕੀ ਵਾਲੇ ਜਿੱਤ ਵੀ ਗਏ ਤੇ ਬਾਕਸਿੰਗ ਦੇ ਵਿੱਚ ਕਿਹ ਕਿਹਦਾ ਮੁਕਾਬਲਾ ਕਿਹਦੇ ਨਾਲ ਸੀ ਤੇ ਕਿਵੇਂ ਉਹਨਾਂ ਦਾ ਰਿਹਾ ਮੁਕਾਬਲਾ ਸਾਡੀ ਜਿਹੜੀ ਲੜਕੀ ਸੀ ਕਿਉਂਕਿ ਪਹਿਲਾਂ ਮੈਰੀਕਾਮ ਨੇ ਜਿੱਤ ਕੇ ਸਾਡੀ ਟੀਮ ਨੂੰ ਇੱਕ ਬੂਸਟ ਮਨੋਬਲ ਦਿੱਤਾ ਔਰ ਉਸ ਤੋਂ ਬਾਅਦ ਸਾਡੀ ਬੀ ਲਵਲੀਨਾ ਜਿਹੜੀ ਲੜਕੀ ਸੀਗੀ ਉਹ 벨ਟਰ ਵੇਟ ਦੇ ਵਿੱਚ ਅੱਜ ਜਰਮਨ ਦੀ ਲੜਕੀ ਨਾਲ ਮੁਕਾਬਲਾ ਸੀ ਤਾਂ ਬੜੇ ਹੀ ਸੋਹਣੇ ਤਰੀਕੇ ਦੇ ਨਾਲ ਉਹਨੇ ਜਿਹੜਾ ਜਨਾਨੀ ਮਸਲੀ ਜੱਜਾਂ ਦਾ ਫੈਸਲਾ ਸੀ 3-2 ਦੇ ਨਾਲ ਉਸਨੇ ਬੜੇ ਸ਼ਾਨ ਨਾਲ ਜਿੱਤਿਆ ਪਹਿਲੇ ਦੋ ਜਿਹੜੇ ਉਹਨੇ ਬਾਊਟ ਸੀ ਆਪਣੇ ਰਾਊਂਡ ਸੀਗੇ ਉਹ ਬੜੇ ਹੀ ਅੱਛੇ ਤਰੀਕੇ ਨਾਲ ਦੋਨੋਂ ਸਪਸ਼ਟ ਰੂਪ ਦੇ ਵਿੱਚ ਉਹਨੇ ਹਾਵੀ ਰਹਿੰਦੇ ਆ ਜਿੱਤੇ ਔਰ ਤੀਸਰੇ ਰਾਉਂਡ ਦੇ ਵਿੱਚ ਉਹਨੇ ਬਰਾਬਰੀ ਤੇ ਰਹੀ ਡਿਫੈਂਡ ਕੀਤਾ ਆਪਣੇ ਆਪ ਨੂੰ ਟਾਈਮ ਹੀ ਕਿਲ ਕੀਤਾ ਕਹਿ ਲਈਏ ਤਾਂ ਇੱਕ ਅੱਛੀ ਸ਼ੁਰੂਆਤ ਉਸਨੇ ਆਪਣੀ ਨਰਜੀ ਅਗਲੇ ਮੈਚਾਂ ਵਾਸਤੇ ਬਚਾਈ ਔਰ ਜਿੱਤ ਵੀ ਹਾਸਲ ਕੀਤੀ ਤਾਂ ਲਵਲੀਨਾ ਜਿਹੜੀ ਹੈ ਵਧਾਈ ਦੀ ਪਾਤਰ ਹੈ ਕਿਉਂਕਿ ਉਹ ਸਿਰਫ ਤਗਮੇ ਤੋਂ ਇੱਕ ਕਦਮ ਦੂਰ ਹੈ ਭਾਵੇਂ ਕਿ ਉਹ ਹੁਣ ਲਾਸਟ 8 ਦੇ ਵਿੱਚ ਪਹੁੰਚ ਗਈ ਕੁਆਟਰ ਫਾਈਨਲ ਦੇ ਵਿੱਚ ਪਹੁੰਚ ਗਈ ਹੈ ਇਸੇ ਤਰ੍ਹਾਂ ਮੈਰੀ ਕਾਮ ਹੈ ਤੇ ਲੱਗਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸਾਨੂੰ ਕਿ ਲੜਕੀਆਂ ਦੀ ਜਿਹੜੀਆਂ ਵੈਸੀ ਖੇਡਾਂ ਦੇ ਵਿੱਚ ਸਾਡੀਆਂ ਲੜਕੀਆਂ ਕਾਫੀ ਅੱਛਾ ਕਰ ਰਹੀਆਂ ਨੇ ਹਾਕੀ ਤੋਂ ਸਿਵਾਏ ਔਰ ਜਿਸ ਤਰ੍ਹਾਂ ਪੀਵੀ ਸਿੰਧੂ ਹੈ ਤੇ ਮੈਨੂੰ ਲੱਗਦਾ ਕਿ ਬਾਕਸਿੰਗ ਦੇ ਵਿੱਚ ਵੀ ਭਾਰਤ ਨੂੰ ਜ਼ਰੂਰ ਇਹ ਬਾਕਸਰ ਨੇ ਜਿਹੜੀਆਂ ਲੜਕੀਆਂ ਵੱਡੀ ਖੁਸ਼ੀ ਦੇਣਗੀਆਂ ਤੇ ਆਉਣ ਵਾਲੇ ਦਿਨਾਂ 'ਚ ਸਾਡੀ ਪੰਜਾਬਣ ਜਿਹੜੀ ਸਿਮਰਨ ਪ੍ਰੀਜੀਤ ਕੌਰ ਬਾਠ ਹੈ ਚੱਕਰਪਿੰਡ ਤੋਂ ਲੁਧਿਆਣਾ ਜ਼ਿਲ੍ਹੇ ਤੋਂ ਉਸ ਨੇ ਵੀ 30 ਤਰੀਕ ਨੂੰ ਰਿੰਗ ਦੇ ਵਿੱਚ ਉਤਰਨਾ ਹੈ ਉਸ ਨੂੰ 22 ਮਿਲ ਗਈ ਸੀ ਤੇ ਇਸ ਕਰਕੇ ਉਹ ਸਿੱਧਾ ਦੂਸਰੇ ਦੌਰ ਦਾ ਜਿਹੜਾ ਮੁਕਾਬਲਾ ਹੈ ਉਸਨੇ 30 ਤਰੀਕ ਨੂੰ ਜਿਹੜਾ ਹੈਗਾ ਜੁਲਾਈ ਨੂੰ ਆਪਣਾ ਰਿੰਗ ਦੇ ਵਿੱਚ ਉਤਰਨਾ ਹੈਗਾ ਜੀ ਜਿੱਦਾਂ ਤੁਸੀਂ ਦੱਸਿਆ ਕਿ ਮੈਰੀਕਮ ਬਹੁਤ ਸੀਨੀਅਰ ਪਲੇਅਰ ਆ ਤੇ ਵਰਲਡ ਕੱਪ ਕਈ ਵਾਰ ਉਹਨਾਂ ਨੇ ਆਪਣਾ ਜਿੱਤਿਆ ਹੋਇਆ ਤੇ 올림픽 ਦੇ ਵਿੱਚ ਇਸ ਵਾਰ ਵੀ ਉਹ ਵਧੀਆ ਪ੍ਰਦਰਸ਼ਨ ਕਰ ਰਹੇ ਨੇ ਤੇ ਬੀ ਲਵਲੀਨਾ ਨੇ ਵੀ ਕੁਆਟਰਫਾਈਨਲ ਚ ਪਹੁੰਚ ਗਏ ਨੇ ਇੱਕ ਬਾਊਟ ਦੂਰ ਨੇ ਸਿਰਫ ਉਹਦੇ ਆਪਣੇ ਜਿਹੜੀ ਆ ਜਿੱਤ ਤੋਂ ਤੇ ਇਸ ਤੋਂ ਇਲਾਵਾ ਤੀਰਅੰਦਾਜ਼ੀ ਦਾ ਕੀ ਬਣਿਆ ਜੀ ਕੋਈ ਨਿਸ਼ਾਨਾ ਲੱਗਾ ਸਾਡੇ ਖਿਡਾਰੀਆਂ ਦਾ ਅੱਜਕਨ ਨਹੀਂ ਨਹੀਂ ਅੱਜ ਤੀਰਅੰਦਾਜ਼ੀ ਨਿਸ਼ਾਨੇ ਬਾਜੀ ਨਿਸ਼ਾਨੇ ਬਾਜੀ ਦਾ ਈਵੈਂਟ ਸੀਗਾ ਨਿਸ਼ਾਨੇਬਾਜ਼ੀ ਦੇ ਵਿੱਚ ਜਿੰਨੀਆਂ ਭਾਰਤ ਨੂੰ ਉਮੀਦਾਂ ਸੀ ਹਰ ਵਾਰ ਭਾਰਤ ਦਾ ਜਿਹੜਾ ਉਮੀਦ ਹੁੰਦੀ ਹੈ ਸਭ ਤੋਂ ਵੱਡੀ ਮੈਡਲ ਦੀ ਤੇ ਪਰ ਉਹ ਇਸ ਵਾਰੀ ਸਾਡੇ ਇੱਕ ਵਾਰੀ ਫੇਰ ਮਨੂੰ ਭੰਕਰ ਹੋ ਰਹੇ ਨੇ ਇਹਨਾਂ ਨੇ ਜਿਹੜੀ ਸਾਨੂੰ ਮਿਕਸ ਦੇ ਵਿੱਚ ਉਸਨੇ ਪਾਰਟਿਸਿਪੇਟ ਕੀਤਾ ਸੀ ਤਾਂ ਸਾਨੂੰ ਨਿਰਾਸ਼ਾ ਹੱਥ ਲੱਗੀ ਹੈ ਕਿਉਂਕਿ ਉਹ ਜਿਹੜਾ ਫਾਈਨਲ ਰਾਉਂਡ ਹੈ ਉਸ ਦੇ ਵਿੱਚ ਇਹ ਕੁਆਲੀਫਾਈ ਨਹੀਂ ਕਰ ਸਕੇ ਔਰ ਜਿੰਨੇ ਵੀ ਇਸ ਦੇ ਨਾਲ ਦੇ ਜਿਹੜੇ ਦੂਸਰੇ ਖਿਡਾਰੀ ਸੀਗੇ ਜਿਵੇਂ ਦੀਪਕ ਕੁਮਾਰ ਤੇ ਅੰਜੂ ਮੋਦਗਲ ਸੀਗੇ ਉਹ ਮਿਕਸਚਰ ਦੇ ਵਿੱਚ ਸੀਗੇ ਤਾਂ ਉਹਨਾਂ ਨੂੰ ਵੀ ਜਿਹੜੀ 10 ਮੀਟਰ 에ਅਰ ਰਾਈਫਲ ਹੈ ਉਹਦੇ ਵਿੱਚ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ 11 ਜਿਹੜਾ ਹੈਗਾ 11 ਸਾਡਾ ਉਹ ਦੂਜੀ ਵਾਰੀ ਫੇਰ ਇਸ ਅੱਜ ਹੋਰ ਵੀ ਟੀਮ ਇਵੈਂਟ ਦੇ ਵਿੱਚ ਉਹਨੇ ਪਾਰਟਿਸਿਪੇਟ ਕੀਤਾ ਸੀ ਤਾਂ ਉਹਨੂੰ ਵੀ ਜਿਹੜਾ ਹਾਰ ਦਾ ਸਾਹਮਣਾ ਕਰਨਾ ਪਿਆ ਭਾਵੇਂ ਇਹਨਾਂ ਦਾ ਪਹਿਲਾਂ ਜਿਹੜੀ ਰੈਂਕਿੰਗ ਰਾਉਂਡ ਹੁੰਦਾ ਕੁਆਲੀਫਾਈਂਗ ਉਸ ਤੋਂ ਬਾਅਦ 10 ਫਾਈਨਲਿਸਟ ਜਾਂਦੇ ਨੇ ਤੇ ਇਹ 10 ਦੇ ਵਿੱਚ ਵੀ ਕੁਆਲੀਫਾਈ ਨਹੀਂ ਕਰ ਸਕੇ ਬੇਸ਼ੱਕ ਵਿਸ਼ਵ ਦੇ ਵਿੱਚ ਉਹਨਾਂ ਦੀ ਜਿਹੜੀ ਰੈਂਕਿੰਗ ਹੈ ਉਹ ਕਾਫੀ ਉੱਚੀ ਹੈ ਜੀ ਡਾਕਟਰ ਸਾਹਿਬ ਇਸ ਤੋਂ ਲਾਵਾ ਫਿਰ ਬੈਡਮਿੰਟਨ ਸੀ ਅੱਜ ਜੀ ਹਾਂ ਬੈਡਮਿੰਟਨ ਦੇ ਵਿੱਚ ਸਤਵਿਕ ਹੋਰਾਂ ਦੀ ਜਿਹੜੀ ਤੇ ਚਿਰਾਗ ਦੀ ਜੋੜੀ ਸੀਗੀ ਉਹ ਡਬਲ ਦੇ ਵਿੱਚ ਖੇਡ ਰਹੀ ਸੀਗੀ ਤਾਂ ਉਹਦੇ ਵਿੱਚ ਵੀ ਸਾਨੂੰ ਨਿਰਾਸ਼ਾ ਹੀ ਹੱਥ ਲੱਗੀ ਸਤਵਿਕ ਹੋਣੀ ਉਹ ਵੀ ਡਬਲ ਦੇ ਵਿੱਚ ਹੈ ਜਿਹੜਾ ਹਾਰ ਕੇ ਭਾਵੇਂ ਅੱਜ ਉਹਨਾਂ ਨੇ ਆਪਣਾ ਲਾਸਟ ਜਿਹੜਾ ਮੈਚ ਸੀਗਾ ਪੂਲ ਦਾ ਉਹ ਜਿੱਤਿਆ ਸੀਗਾ ਪਰ ਉਹ ਇੱਕ ਜਿੱਤ ਹੈ ਜਿਹੜੀ ਉਹਨਾਂ ਵਾਸਤੇ ਕਾਫੀ ਨਹੀਂ ਸੀ ਕਿ ਉਹਨਾਂ ਨੂੰ ਕੁਆਟਰਫਾਈਨਲ ਦੇ ਵਿੱਚ ਪਹੁੰਚ ਆਉਂਦੀ ਤੇ ਉਹਨਾਂ ਦਾ ਵੀ ਜਿਹੜਾ ਸਫਰ ਹੈ ਉਹ ਇੱਥੇ ਹੀ ਸਮਾਪਤ ਹੋ ਗਿਆ ਹੁਣ ਸਾਡੇ ਕੋਲ ਬੈਡਮਿੰਟਨ ਦੇ ਵਿੱਚ ਜਿਹੜੀ ਇੱਕੋ ਇੱਕ ਉਮੀਦ ਹੈ ਉਹ ਪੀਵੀ ਸਿੰਧੂ ਰਹਿ ਗਈ ਤੇ ਬੜੀਆਂ ਉਹ ਤੋਂ ਉਮੀਦਾਂ ਜੁੜੀਆਂ ਹੋਈਆਂ ਨੇ ਬਹੁਤ ਹੋਣਹਾਰ ਖਿਡਾਰਨ ਹੈ ਵਰਲਡ ਚੈਂਪੀਅਨਸ਼ਿਪ 올림픽 ਦੇ ਉਹ ਸਿਲਵਰ ਮੈਡਲਿਸਟ ਹੈ ਦੋ ਵਾਰ ਵਰਲਡ ਚੈਂਪੀਅਨਸ਼ਿਪ ਦੀ ਸਿਲਵਰ ਮੈਡਲਿਸਟ ਹੈ ਔਰ ਰੀਓ ਦੇ ਵਿੱਚ ਤਾਂ ਲਾਜ ਹੀ ਸਾਡੀ ਜਿੰਨਾ ਦੋ ਲੜਕੀਆਂ ਨੇ ਰੱਖੀ ਸੀ ਉਹਨਾਂ ਚ ਇੱਕ ਪੀਵੀ ਸਿੰਧੂ ਸ਼ਾਮਿਲ ਸੀ ਸ਼ਕਸ਼ੀ ਮਲਕ ਤੋਂ ਬਿਨਾ ਜੀ ਤੇ ਡਾਕਟਰ ਸਾਹਿਬ ਇੱਕ ਨਵੀਂ ਤੁਸੀਂ ਹੋਰ ਖੇਡ ਦੱਸ ਰਹੇ ਹੋ ਸੇਲਿੰਗ ਹਾਲਾਂਕਿ ਬਹੁਤ ਸਾਰੇ ਦਰਸ਼ਕਾਂ ਨੂੰ ਇਹਦੇ ਬਾਰੇ ਪਤਾ ਹੋਊਗਾ ਪਰ ਬੇਸਿਕਲੀ ਇਹ ਕੀ ਹੈ ਜੀ ਸੇਲਿੰਗ ਅਹ ਇਹ ਸੇਲਿੰਗ ਬੋਰਡਿੰਗ ਹੈ ਜਿਹੜੀ ਸੇਲ ਜਿਹੜੀ ਹੈ ਬੋਰਡ ਦੇ ਉੱਪਰ ਇਹ ਰੋਲ ਕਰਦੇ ਨੇ ਉਸ ਨਾਲ ਸੰਬੰਧ ਤੇ ਕੰਪੀਟੀਸ਼ਨ ਹੈ ਤੇ ਇਹ ਇੱਕ ਜਿਹੜੀਆਂ ਪੰਜ ਖੇਡਾਂ ਜਿਹਦੇ ਵਿੱਚ ਕਰਾਟੇ ਵੀ ਨੇ ਔਰ ਸਰਫਿੰਗ ਹੈ ਇਸ ਤਰ੍ਹਾਂ ਦੀਆਂ ਪੰਜ ਖੇਡਾਂ ਨੇ ਹੋਸਟ ਕੰਟਰੀ ਨੂੰ ਜਿਸ ਤਰ੍ਹਾਂ ਹੁੰਦਾ ਹੈ ਕਿ ਉਹ 올림픽 ਦੇ ਵਿੱਚ ਨਵੀਆਂ ਸ਼ਾਮਲ ਕੀਤੀਆਂ ਨੇ ਜਿਹੜੇ 33 ਇਵੈਂਟ ਨੇ ਤੇ ਉਹ ਪੰਜ ਖੇਡਾਂ ਦੇਖੋ ਜਾਪਾਨ ਨੇ ਇਸ ਤਰ੍ਹਾਂ ਹੀ ਚੂਜ਼ ਕੀਤੀਆਂ ਨੇ ਕਿ ਉਹਨਾਂ ਦੇ ਵਿੱਚ ਜਿਹੜਾ ਹੈ ਉਹ 골ਡ ਮੈਂ ਪੰਜਾਂ ਦੇ ਵਿੱਚ ਜਿਹੜਾ ਜਾਪਾਨ ਉਨੇ ਅੱਛੀ ਸ਼ੁਰੂਆਤ ਕੀਤੀ ਹੈ ਔਰ ਪੰਜਾਂ ਦੇ ਵਿੱਚ ਜਿਹੜੇ ਉਹਨਾਂ ਨੇ ਮੈਡਲ ਜਿੱਤ ਲਏ ਨੇ ਜੀ ਤੇ ਇੱਕ ਸਕੇਟਬੋਰਡ ਦੀ ਤੁਸੀਂ ਗੱਲ ਕਰਦੇ ਸੀ ਉਹਦੇ ਵਿੱਚ ਵੀ ਕੋਈ ਬਹੁਤ ਵਧੀਆ ਗੱਲਬਾਤ ਹੋਈ ਆ ਬਹੁਤ ਛੋਟੀ ਉਮਰ ਦੇ ਜਿਹੜੇ ਖਿਡਾਰੀ ਆ ਉਹ ਜਿੱਤੇ ਨੇ ਸਕੇਟਬੋਰਡਿੰਗ ਹਾਂ ਜਪਾਨ ਦੀ ਜਿਹੜੀ ਖਿਡਾਰਨ ਹੈ ਮਮੀਂਜੀ ਨਿਸ਼ੀਆ ਜੀ ਉਸ ਲੜਕੀ ਨੇ ਜਿਹੜਾ ਹੈਗੀ ਆ ਉਹ 13 ਸਾਲ ਤੇ 200 330 ਦਿਨਾਂ ਦੀ ਉਹ ਖਿਡਾਰਨ ਹੈਗੀ ਤੇ ਉਸ ਨੇ ਇਹ ਇਹਦੇ ਚ 골ਡ ਮੈਡਲ ਦਿੱਤੇ ਆ ਜੀ ਦੇਖੋ ਹੈਰਾਨੀ ਦੀ ਗੱਲ ਹੈ ਇੱਥੇ ਹੀ ਬਸਨੀ ਜਿਹੜੀ ਲੜਕੀ ਰੀਸ਼ਾ ਰੋਸ਼ਾ ਬਰਾਜ਼ੀਲ ਦੀ ਖਿਡਾਰਨ ਹੈ ਉਹ ਸੈਕੰਡ ਆਈ ਹੈ ਇਹ ਸੀ ਇਵੈਂਟ ਦੇ ਵਿੱਚ ਸਿਲਵਰ ਮੈਡਲ ਜਿੱਤੇ ਆ ਉਹ ਵੀ 13 ਸਾਲ ਦੀ ਹੈ ਖਿਡਾਰਨ ਤੇ ਦੋਨਾਂ ਨੇ ਬਹੁਤ ਖੂਬਸੂਰਤ ਪ੍ਰਦਰਸ਼ਨ ਕੀਤਾ ਤੁਸੀਂ ਅੰਦਾਜ਼ਾ ਲਗਾਓ ਕਿ 13-13 ਸਾਲ ਦੇ ਬੱਚੇ ਜਿਹੜੇ 올림픽 ਦੇ ਵਿੱਚੋਂ ਮੈਡਲ ਲੈ ਰਹੇ ਨੇ ਤੇ ਇਹ ਦੋਨੇ ਖਿਡਾਰਨਾਂ ਜਿਹੜੀਆਂ ਥੋੜਾ ਜਿਹਾ ਫਰਕ ਇਹਨਾਂ ਦਾ ਰਹਿ ਗਿਆ ਤੇ ਇਸ ਤੋਂ ਪਹਿਲਾਂ 올림픽 ਦੇ ਵਿੱਚ ਜਿਹੜਾ ਰਿਕਾਰਡ ਸੀਗਾ ਉਹ 13 ਸਾਲ 268 ਦਿਨਾਂ ਦਾ ਹੈਗਾ ਤੇ ਇਹਨਾਂ ਨੇ 313 ਸਾਲ 330 ਉਮਰ ਸੀਗੀ ਜਿਹੜੀ ਮੈਮੋਜੀ ਦੀ ਤਾਂ ਥੋੜੇ ਜਿਹਾ ਅੰਤਰ ਦੇ ਨਾਲ ਇਹ ਰਹਿ ਗਈ ਹੈ ਪਹਿਲਾਂ ਬਰਲਿਨ 올림픽 ਦੇ ਵਿੱਚ ਇੱਕ ਖਿਡਾਰੀ ਨੇ ਮੈਡਲ ਜਿੱਤਿਆ ਸੀ 13 ਸਾਲ ਦੀ ਉਮਰ ਦੇ ਵਿੱਚ ਤੇ ਇੱਕ ਦੁਨੀਆ ਭਰ ਵਾਸਤੇ ਇੱਕ ਐਡੀ ਮੋਟੀਵੇਸ਼ਨ ਹੈ ਤੇ ਕਿਉਂਕਿ ਦੂਸਰੇ ਪਾਸੇ ਜੇ ਤੁਸੀਂ ਇਹ ਛੋਟੀ ਉਮਰ ਦੀ ਗੱਲ ਕੀਤੀ ਹੈ ਤਾਂ ਜਿਹੜਾ 58 ਸਾਲ ਦੀ ਉਮਰ ਦਾ ਕੁਵੈਤ ਦਾ ਨਿਸ਼ਾਨੇਬਾਜ਼ ਹੈ ਅਬਦੁੱਲਾ ਤਾਂ ਉਸ ਨੇ ਬੀਤੇ ਕੱਲ ਜਿਹੜੀ ਸਕੀਟ ਨਿਸ਼ਾਨੇਬਾਜ਼ੀ ਹੈ ਸਾਡੀ ਟਰੈਪ ਕਹਿੰਦੇ ਆ ਜੀ ਨੂੰ ਉਹਦੇ ਵਿੱਚ ਉਸਨੇ ব্রੌਂਸ ਮੈਡਲ ਜਿੱਤਿਆ ਤੇ ਉਹ ਵਾਅਦਾ ਕਰਕੇ ਗਿਆ ਕਿ ਮੈਂ ਅਗਲੀ ਜਿਹੜੀ ਪੈਰਿਸ 올림픽 ਹੈ ਉਹਦੇ ਵਿੱਚ ਮੈਂ ਸੋਨ ਤਗਮਾ ਜਿੱਤੂੰਗਾ 58 ਸਾਲ ਦੇ ਬੰਦੇ ਨੇ ਤਮਗਾ ਜਿੱਤਿਆ ਤੇ ਨਾਲ ਪ੍ਰੋਮਿਸ ਕੀਤਾ ਕਿ ਮੈਂ ਅਗਲੀ ਵਾਰ ਵੀ ਜਿੱਤਣਾ ਹਾਂ ਇਹ ਬੜੀ ਇੱਕ ਅੱਛੀ ਗੱਲ ਹੈ ਦੇਖੋ ਉਹ ਵੀ ਦੋਨੇ ਸਾਡੇ ਜਿਹੜੇ ਨੌਜਵਾਨਾਂ ਵਾਸਤੇ ਆਪਾਂ ਕਹਿੰਦੇ ਹਾਂ ਖੇਡਾਂ ਬਣੀਆਂ ਨੇ ਉਧਰੋਂ ਇੱਕ ਟੀਨੇਜਰ ਬੱਚੇ ਵੀ ਜਿੱਤ ਰਹੇ ਨੇ ਤੇ ਵੱਡੀ ਉਮਰ ਦੇ ਹੁਣ ਉਸ ਜਿਹੜੇ ਕਬੈਟ ਦਾ ਇਹ ਖਿਡਾਰੀ ਹੈ ਤਾਂ ਮੈਂ ਮੁਕਾਬਲਾ ਇਹ ਵੀ ਦੇਖਿਆਗਾ ਟੀਵੀ ਦੇ ਜ਼ਰੀਏ ਤਾਂ ਉਸ ਦੀ ਬੇਟੀ ਨੇ ਕਹਿੰਦੇ ਕੁਝ ਟਾਈਮ ਪਹਿਲਾਂ ਜਿਹੜਾ ਸੀਗਾ ਗਨਰ ਲਿਖ ਕੇ ਆਰਸਨਲ ਹੈ ਜਿਹੜਾ ਦੁਨੀਆ ਦਾ ਮੰਨਿਆ ਹੋਇਆ ਫੁੱਟਬਾਲ ਦਾ ਕਲੱਬ ਹੈ ਉਹਦੀ ਟੀ-ਸ਼ਰਟ ਆਪਣੇ ਫਾਦਰ ਨੂੰ ਭੇਟ ਕੀਤੀ ਸੀ ਪਰ ਉਹ ਲੜਕੀ ਨੂੰ ਜੇ ਪੁੱਛਿਆ ਗਿਆ ਉਹ ਆਰਸਨਲ ਬਾਰੇ ਨਹੀਂ ਜਾਣਦੀ ਸੀ ਪਰ ਉਹ ਟੀ-ਸ਼ਰਟ ਬੜੀ ਖੂਬਸੂਰਤ ਲੱਗੀ ਤਾਂ ਉਹਨੇ ਪਿੱਛੇ ਗਨਰ ਪ੍ਰਿੰਟ ਕਰਾ ਕੇ ਆਪਦੇ ਇਹਨੂੰ ਪਿਤਾ ਨੂੰ ਦਿੱਤੀ ਤਾਂ ਉਹਦਾ ਪਿਤਾ ਕਹਿੰਦਾ ਕਿ ਮੈਨੂੰ ਉਹਦੇ ਤੇ ਗਨਰ ਲਿਖਿਆ ਗਿਆ ਤਾਂ ਮੈਨੂੰ ਬਹੁਤ ਬੂਸਟ ਕਰਿਆ ਉਸ ਚੀਜ਼ ਨੇ ਮੈਂ ਆਪਣੀ ਬੇਟੀ ਨੇ ਜਿਹੜਾ ਮੈਨੂੰ ਉਪਹਾਰ ਦਿੱਤਾ ਗਿਫਟ ਦਿੱਤਾ ਉਹ ਇੱਕ ਯਾਦਗਾਰੀ ਹੈ ਤੇ ਮੈਂ ਮੈਨੂੰ ਉਹ ਗਿਫਟ ਦੇ ਕੇ ਮੇਰੀ ਬੇਟੀ ਨੇ ਤੋਰਿਆ ਸੀ ਘਰ ਤੋਂ ਤੇ ਮੈਂ ਜਿਹੜਾ ਮੈਡਲ ਲੈ ਕੇ ਜਾ ਰਿਹਾ ਆਪਣੀ ਬੇਟੀ ਵਾਸਤੇ ਬਿਲਕੁਲ ਠੀਕ ਦੱਸਿਆ ਤੁਸੀਂ ਕਿਉਂਕਿ ਇਹ ਜਿਹੜੀ ਮੋਟੀਵੇਸ਼ਨਲ ਆ ਜਿਹੜੀ ਮੈਂਟਲ ਸਪੋਰਟ ਆ ਇਹ ਬਹੁਤ ਮੈਟਰ ਕਰਦੀ ਆ ਕਿਸੇ ਵੀ ਖਿਡਾਰੀ ਲਈ ਤੇ ਡਾਕਟਰ ਸਾਹਿਬ ਜਿਵੇਂ ਅਸੀਂ ਹਿੰਦੁਸਤਾਨ ਦੀਆਂ ਖੇਡਾਂ ਦੀ ਗੱਲ ਕਰ ਲਈ ਤੇ ਦੁਨੀਆ ਦੇ ਲੈਵਲ ਦੇ ਉੱਤੇ ਬਹੁਤ ਸਾਰੇ ਦੇਸ਼ ਉੱਥੇ ਆਏ ਹੋਏ ਨੇ ਤੁਸੀਂ ਇੱਕ ਹੋਰ ਗੱਲ ਦੱਸਿਓ ਕਿ ਟੈਨਿਸ ਦੇ ਵਿੱਚ ਕੋਈ ਵੱਡਾ ਉਲਟਫੇਰ ਹੋਇਆ ਅੱਜ ਤੁਸੀਂ ਗੱਲ ਕਰਦੇ ਸੀ ਹਾਂ ਟੈਨਿਸ ਦੇ ਵਿੱਚ ਜਿਵੇਂ ਪਿਛਲੇ ਦਿਨੀ ਐਸ਼ਲੇ ਜਿਹੜੀ ਸਾਡੀ ਵੈਰੈਟੀ ਹੈਗਾ ਖਿਡਾਰਣਾ ਹੁਣੇ ਜਿਹੜੀ ਰੀਸੈਂਟਲੀ ਪਮੈਨਡਨ ਲਫਾਇਆ ਸੀ ਉਹਦੀ ਉਹ ਚੈਂਪੀਅਨਸ਼ੀ ਉਹ ਬਾਹਰ ਹੋ ਗਈ ਸੀ ਹੁਣ ਜਿਹੜੀ ਸਾਡੀ ਨਿਉਮੀ ਓਸਾਕਾ ਉਹ ਜਿਹੜੀ ਵਰਡ ਦੀ 2 ਨੰਬਰ ਦੀ ਖਿਡਾਰਨ ਹੈ ਤਾਂ ਅੱਜ ਉਸ ਖਿਡਾਰੀ ਨੂੰ ਖਿਡਾਰਨ ਨੂੰ ਚੈੱਕ ਗਨਰਾਜ ਦੀ ਜਿਹੜੀ ਖਿਡਾਰਨ ਹੈ ਉਹਦੇ ਹੱਥੋਂ ਜਿਹੜਾ ਹਾਰ ਦਾ ਸਾਹਮਣਾ ਕਰਨਾ ਪਿਆ ਤਾਂ ਇਹ ਵੱਡਾ ਉਲਟ ਫਾਰ ਹੈ ਇੱਕ ਵਰਡ ਦੀ ਨੰਬਰ 2 ਖਿਡਾਰਨ ਨਿਉਮੀ ਔਰ ਦੂਸਰੇ ਪਾਸੇ ਹੁਣੇ ਹੀ ਵੈਲਡਨ ਹੋਇਆਗਾ ਇੰਗਲੈਂਡ ਦੇ ਵਿੱਚ ਤਾਂ ਉਸ ਦੀ ਜਿਹੜੀ ਆਪਣਾ ਖਿਤਾਬ ਜੇਤੂ ਹੈ ਗ੍ਰੈਂਡ ਸਲੈਮ ਜੇਤੂ ਖਿਡਾਰਨ ਹੈ ਉਹ ਬਾਹਰ ਹੋਈ ਇਹੀ ਇਨਾਂ ਖੇਡਾਂ ਦੀ ਖੂਬਸੂਰਤੀ ਹੈ ਕਿ ਜਿਸ ਤਰ੍ਹਾਂ ਵੱਡੇ ਵੱਡੇ ਉਲਟਫੇਰ ਹੋ ਜਾਂਦੇ ਨੇ ਖਿਡਾਰੀ ਕੀ ਸੁਪਨੇ ਲੈ ਕੇ ਆਉਂਦੇ ਆ ਜਿਵੇਂ ਸਾਡੇ ਮੁਲਕ ਦੇ ਖਿਡਾਰਨਾਂ ਨਾਲ ਵੀ ਤੁਹਾਨੂੰ ਪਹਿਲਾਂ ਆਪਣੀ ਇਸ ਪ੍ਰੋਗਰਾਮ 'ਚ ਗੱਲ ਹੋਈ ਕਿ ਦੀਪਿਕਾ ਕੁਮਾਰੀ ਤੀਰਅੰਦਾਜ਼ੀ 'ਚ ਵਾਰਡ ਨੰਬਰ 1 ਸੀ ਤੇ ਪਰ ਮੈਡਲ ਦੀ ਦੌੜ ਦੇ ਵਿੱਚ ਕੀ ਉਹ ਆ ਹੀ ਨਹੀਂ ਸਕੀ ਤਾਂ ਇਸ ਕਿਸਮ ਦੇ ਜਿਹੜਾ ਹੈ ਇਹੀ ਖੂਬਸੂਰਤੀ ਹੈ ਇੱਥੇ ਇਹ ਖੇਡਾਂ ਇੱਕ ਨਾਮ ਬਹੁਤ ਵੱਡਾ ਹੈ ਕਿਉਂਕਿ ਤੁਸੀਂ ਵਰਲਡ ਕੱਪ ਖੇਡਣ ਜਾਂਦੇ ਹੋ ਉੱਥੇ ਤੁਹਾਡਾ ਜਿਹੜੀ ਮੈਂਟੈਲਿਟੀ ਹੈ ਉਹ ਡਿਫਰੈਂਟ ਕਿਸਮ ਦੀ ਹੁੰਦੀ ਹੈ ਔਰ ਜਿਹੜੀ ਇਹ ਮੈਟੈਰਨਲਟੀ ਹੈ ਇੱਥੇ ਮੈਂਟਲ ਲੈਵਲ ਹੈ ਹੋਰ ਕਿਸਮ ਦਾ ਕਿਉਂਕਿ ਦੁਨੀਆ ਦਾ ਸਮੁੱਚਾ মিডিਆ ਦੁਨੀਆ ਦੇ ਸਮੁੱਚੇ ਲੋਕ ਇੱਕ ਇੱਕ ਇਵੈਂਟ ਤੇ ਨਿਗਾ ਰੱਖਦੇ ਨੇ ਆਮ ਦਰਸ਼ਕ ਜਿਹੜਾ ਇੱਕ ਪੂਰਾ ਅੱਛਾ ਖੇਡ ਪ੍ਰੇਮੀ ਹੈ ਤਾਂ ਉਹ ਸਾਰੀਆਂ ਖੇਡਾਂ ਦੇ ਨਾਲ ਜੁੜਿਆ ਰਹਿੰਦਾ ਹੈ ਜੀ ਉਹ ਇਹ ਨਹੀਂ ਹੁੰਦਾ ਕਿ ਇੰਡੀਆ ਦੇ ਇਵੈਂਟ ਵੀ ਉਹ ਦੇਖਦੇ ਨੇ ਪਰ ਇੰਡੀਆ ਤੋਂ ਬਾਅਦ ਉਹ ਹੋਰ ਇਵੈਂਟ ਕਈਆਂ ਦੇ ਕੰਟੀਨੈਂਟ ਨਾਲ ਫਿਰ ਇਮੋਸ਼ਨ ਜੁੜ ਜਾਂਦੇ ਨੇ ਕਿ ਮੇਰੇ ਮੁਲਕ ਦੇ ਏਸ਼ੀਆ ਦੇ ਵਿੱਚੋਂ ਮੰਨ ਲਓ শ্রীলੰਕਾ ਤੇ ਦਰਸ਼ਕ ਨੇ ਤਾਂ শ্রীলੰਕਾ ਦਾ ਮੈਡਲ ਨਹੀਂ ਆ ਰਿਹਾ ਤਾਂ ਉਹਨਾਂ ਨੂੰ ਇਹ ਹੁੰਦਾ ਵੀ ਏਸ਼ੀਆ ਦੇ ਕਿਹੜੇ ਕਿਹੜੇ ਕੰਟਰੀ ਮੈਡਲ ਜਿੱਤ ਰਹੇ ਨੇ ਤੇ ਜਾਂ ਬੈਸਿਕ ਖੇਡ ਪ੍ਰੇਮ ਹੁੰਦਾ ਇੱਥੇ ਪ੍ਰੈਜੈਂਟੇਸ਼ਨ ਹੀ ਇੰਨੀ ਉੱਚ ਪਾਇਦੀ ਹੁੰਦੀ ਹੈ ਕਿ ਬੰਦਾ ਹਰੇਕ ਖੇਡ ਦਾ ਹੀ ਆਨੰਦ ਮਾਣਨ ਦੇ ਵਿੱਚ ਜਿਹੜਾ ਹੈਗਾ ਟਾਈਮ ਜ਼ਰੂਰ ਕੱਢਣ ਦੀ ਕੋਸ਼ਿਸ਼ ਕਰਦਾ ਹੈਗਾ ਜੀ ਡਾਕਟਰ ਸਾਹਿਬ ਤੁਸੀਂ ਗੱਲ ਕਰਦੇ ਸੀ ਕਿ ਜਪਾਨ ਕਿਉਂਕਿ ਹੋਸਟ ਕਰ ਰਿਹਾ ਸੀ ਇਸ ਕਰਕੇ ਉਹਨਾਂ ਨੇ ਪੰਜ ਨਵੀਆਂ ਖੇਡਾਂ ਜਿਹੜੀਆਂ ਉਹਦੇ ਵਿੱਚ ਐਡ ਕਰ ਲਈਆਂ ਇਹਦੇ ਕੁਝ ਨਿਯਮ ਨੇ ਜੀ ਕਿ ਕਿਹੜੀ ਖੇਡ ਨਵੀਂ ਆ ਸਕਦੀ ਹੈ ਤੇ ਕਿਹੜੀ ਨਹੀਂ ਆ ਸਕਦੀ ਕੀ ਉਹਦੇ ਲਈ ਹੋਣਾ ਚਾਹੀਦਾ ਇਹ ਹੋਸਟ ਜਿਹੜਾ ਕੰਟਰੀ ਹੁੰਦਾ ਉਹਨੂੰ ਰਾਈਟ ਹੁੰਦੇ ਨੇ ਤੇ ਉਹ ਜਿਹੜੀਆਂ ਕੁਝ ਖੇਡਾਂ ਨੇ ਜਿਹੜੀਆਂ ਉਹ ਇੰਟਰੋਡਿਊਸ ਕਰ ਸਕਦਾ ਹੈ ਤੇ ਉਹ ਜਿਨ੍ਹਾਂ ਦੇ ਵਿੱਚ ਉਸ ਨੂੰ ਆਪਣੀਆਂ ਸੰਭਾਵਨਾਵਾਂ ਵਧਾ ਨਜ਼ਰ ਆਉਂਦੀਆਂ ਉਹ ਹਰੇਕ ਮੁਲਕ ਇਸ ਤਰ੍ਹਾਂ ਦੀਆਂ ਕਰਦਾ ਪਰ ਜਪਾਨ ਨੂੰ ਨੇ ਇਹ ਕੀਤਾ ਕਿ ਉਹਨੇ ਪੰਜ ਖੇਡਾਂ ਨਵੀਆਂ ਇੰਟਰੋਡਿਊਸ ਕਰ ਲਈਆਂ ਉਹ ਹੁੰਦਾ ਕਿ 올림픽 ਚਾਰਟਰ ਦੇ ਵਿੱਚ ਜਿਹੜੀਆਂ ਖੇਡਾਂ ਸ਼ਾਮਲ ਨੇ ਕਈ ਮੁਲਕ ਹੈ ਜਿਵੇਂ ਉੱਥੇ ਕੁਸ਼ਤੀ ਦਾ ਨਹੀਂ ਹੁੰਦਾ ਜੀ ਤਾਂ ਉਹ ਕੁਸ਼ਤੀ ਸ਼ਾਮਲ ਨਹੀਂ ਕਰਦੇ ਉਹਨਾਂ ਦਾ ਕੋਈ ਕੁਸ਼ਤੀ ਸਕੋਪ ਨਹੀਂ ਹੁੰਦਾ ਮੈਡਲ ਦਾ ਕਈ ਥਾਂ ਟੀਰ ਅੰਦਾਜ਼ੀ ਦਾ ਨਹੀਂ ਹੁੰਦਾ ਹਾਕੀ ਦਾ ਚਲੋ ਇੱਕ ਵਾਰ ਹਾਕੀ ਦਾ ਵੀ ਲੱਗਿਆ ਸੀ ਕਿ ਇੱਕ 올림픽 ਦੇ ਵਿੱਚੋਂ ਹਾਕੀ ਬਾਹਰ ਹੋਣ ਲੱਗੀ ਸੀ ਪਰ ਆਖਰਕਾਰ ਉਹ ਕੈਮ ਰਹੀ ਤਾਂ ਇਸ ਕਿਸਮ ਦੀਆਂ ਜਿਹੜੀਆਂ ਨੇ ਖੇਡਾਂ ਦੇ ਵਿੱਚ ਇਹ ਚੀਜ਼ ਦੇਖਣ ਨੂੰ ਮਿਲਦੀ ਰਹਿੰਦੀ ਹੈ ਤਾਂ ਪਾਕਿਸਤਾਨ ਨੇ ਜਿਵੇਂ ਸੌਰੀ ਜਪਾਨ ਨੇ ਜਿਵੇਂ ਕਰਾਟੇ ਹੋ ਗਏ ਔਰ ਸੇਲਿੰਗ ਹੋ ਗਈ ਸਰਫਿੰਗ ਸਰਫਿੰਗ ਹੋ ਗਈ ਸਕੇਟਬੋਰਡਿੰਗ ਹੋ ਗਈ ਇਸ ਤਰ੍ਹਾਂ ਪੰਜ ਖੇਡਾਂ ਸ਼ਾਮਲ ਕੀਤੀਆਂ ਨੇ ਤੇ ਪਾਕਿਸਤਾਨ ਨੂੰ ਇਹ ਪੰਜ ਖੇਡਾਂ ਸ਼ਾਮਿਲ ਕਰ ਰਹੀਆਂ ਰਾਸ ਵੀ ਆਈਆਂ ਨੇ ਕਿਉਂਕਿ ਇਹਨਾਂ ਪੰਜਾਂ ਖੇਡਾਂ ਦੇ ਵਿੱਚ ਹੀ ਜਿਹੜਾ ਪਾਕਿਸਤਾਨ ਜਾਪਾਨ ਹੈ ਤਾਂ ਜਾਪਾਨ ਨੇ ਜਿਹੜੇ ਪੰਜਾਂ ਖੇਡਾਂ ਦੇ ਵਿੱਚ ਹੀ ਮੈਡਲ ਹੈ ਜਿਹੜੇ ਉਹ ਜਿੱਤਣ ਜਿੱਤ ਚੁੱਕਿਆ ਹੁਣ ਤੱਕ ਇਸ 올림픽 ਦੇ ਵਿੱਚ ਤੇ ਇਸ ਤੋਂ ਇਲਾਵਾ ਜੇ ਕੋਈ ਹੋਰ ਖੇਡ ਸ਼ਾਮਿਲ ਹੋਣੀ ਹੋਵੇ ਤਾਂ 올ੰਕ 올림픽 ਕਮੇਟੀ ਦਾ ਫੈਸਲਾ ਕਿਵੇਂ ਕਰਦੀ ਹੈ ਨਹੀਂ 올ੰਪੀਓ ਦੇ ਜਿਵੇਂ ਜਿਸ ਤਰ੍ਹਾਂ ਹਰੇਕ ਖੇਡ ਦੇ ਵਿੱਚ ਦੁਨੀਆ ਦੇ ਸਾਰੇ ਮਹਾਦੀਪ ਨੇ ਘੱਟੋ ਘੱਟ 72 ਕੰਟਰੀ ਉਦੇ ਵਿੱਚ ਬਕਾਇਦਾ ਖੇਡਦੇ ਹੋਣ ਉਸ ਖੇਡ ਨੂੰ ਉਹਨਾਂ ਦੇ ਵਿੱਚ ਨੈਸ਼ਨਲ ਬਾਡੀਜ਼ ਹੋਣ ਉਥੋਂ ਦੀਆਂ 올림픽 ਕਾਉਂਸਲਾਂ ਤੋਂ ਜਿਹੜਾ ਮਾਨਤਾ ਪ੍ਰਾਪਤ ਹੋਣ ਤਾਂ ਉਹ ਖੇਡ ਜਾ ਕੇ 올림픽 ਚਾਰਟਰ ਦੇ ਤਹਿਤ ਆਉਂਦੀ ਹੈ ਤਾਂ ਫਿਰ ਉਸ ਦੀ ਨਿਜਮਾ ਮਲੀ ਕੋਕੀ ਜਾਂਦੀ ਹੈ ਕਿ ਇਹ ਖੇਡ ਹੈ ਜਿਹੜੀ ਨਿਜਮਾ ਪੱਖੋਂ ਸਾਰੇ ਸਹੀ ਢੁਕਦੀ ਹੈ ਤਾਂ 올림픽 ਦੇ ਚਾਰਟਰ ਦੇ ਦੈਰੇ ਚ ਜਦੋਂ ਆ ਜਾਂਦੀ ਹੈ ਤਾਂ ਉਸ ਖੇਡ ਨੂੰ ਸਿਲੈਕਟ ਕੀਤਾ ਜਾਂਦਾ ਹੈ ਤਾਂ ਉਹ 올림픽 ਲਹਿਰ ਦਾ ਹਿੱਸਾ ਬਣ ਜਾਂਦੀ ਹੈ 올림픽 ਕਾਉਂਸਲ ਮਾਨਤਾ ਦਿੰਦੀ ਹੈ ਤੇ ਪਰ ਉਹਨੂੰ ਓਲੰਪਿਕ ਖੇਡਾਂ ਜਦੋਂ ਹੁੰਦੀਆਂ ਐ ਇਵੈਂਟ ਹੁੰਦਾ ਸ਼ਾਮਿਲ ਕਰਨਾ ਉਹ ਖੇਡ ਤੇ ਉਸ ਕੰਟਰੀ ਦੇ ਨਿਰਭਰ ਕਰਦਾ ਕਿ ਉਸ ਗੇਮ ਨੂੰ ਓਲੰਪਿਕ ਇਸ ਦੇ ਗੇਮਾਂ 'ਚ ਸ਼ਾਮਿਲ ਕਰਨਾ ਹੈ ਕਿ ਨਹੀਂ ਇਵੈਂਟ 'ਚ ਜਿਹੜਾ ਉਤਸਵ ਕਰਾਉਨੇ ਆ ਸੀ ਉਹ ਉਸ ਕੰਟਰੀ ਤੇ ਨਿਰਭਰ ਕਰਦਾ ਹੈ ਜਾਂ ਓਲੰਪਿਕ ਕਾਉਂਸਲ ਦੇ ਵਿੱਚ ਜਿਹੜੀਆਂ ਖੇਡਾਂ ਹੁੰਦੀਆਂ ਉਹਨਾਂ ਦੀ ਉਹਦੀ ਥਾਂ ਬਣਦੀ ਹੈ ਜਾਂ ਨਹੀਂ ਤਾਂ ਉਹਨੂੰ ਇਹ ਕਿਹਾ ਜਾਂਦਾ ਜਦੋਂ ਸ਼ਮੂਲੀਅਤ ਹੋ ਜਾਂਦੀ ਹੈ ਤੇ ਕਿ ਵੀ ਇਹ ਖੇਡ ਓਲੰਪਿਕ ਲਹਿਰ ਦੀ ਖੇਡ ਬਣ ਗਈ ਜੀ ਡਾਕਟਰ ਸਾਹਿਬ ਇਸ ਵਾਰ ਕਿੰਨੇ ਕ ਇਵੈਂਟ ਹੋ ਰਹੇ ਨੇ ਕਿਹੜੀਆਂ ਕਿਹੜੀਆਂ ਖੇਡਾਂ ਹੋ ਰਹੀਆਂ ਨੇ ਇਸ ਵਾਰ ਈ ਹਾਂ ਤੇ ਟੋਟਲ 33 ਇਵੈਂਟ ਨੇ ਜੀ ਇਹਦੇ ਵਿੱਚ ਖੇਡਾਂ ਨੇ 33 ਔਰ 339 ਦੇ ਕਰੀਬ ਇਵੈਂਟ ਨੇ ਵੀ ਮੰਨ ਲਓ ਜਿਵੇਂ स्विਮਿੰਗ ਹੈ ਅੱਗੇ ਜਾ ਕੇ स्विਮਿੰਗ ਦੇ ਬਹੁਤ ਇਵੈਂਟ ਹੋ ਜਾਂਦੇ ਆ ਹੌਕੀ ਹੈ ਜਿਵੇਂ ਆਪਾਂ ਉਹਨੂੰ ਗੇਮ ਇੱਕ ਗਿਣਾਂਗੇ ਉਹਦਾ men women ਦੋ ਇਵੈਂਟ ਹੋਗੇ ਇਸ ਤਰ੍ਹਾਂ ਜਿਹੜੇ ਇਵੈਂਟ 339 ਨੇ ਤੇ ਇੰਡੀਆ ਦਾ ਜਿਵੇਂ ਕੰਟੀਨੈਂਟ ਗਿਆਗਾ 127 ਬੰਦਿਆਂ ਦਾ ਟੋਟਲ ਪਲੇਅਰ ਨੇ men women ਔਰ ਉਹਦੇ ਵਿੱਚ ਅਸੀਂ 18 ਜਿਹੜੇ ਖੇਡਾਂ ਨੇ ਉਹਨਾਂ ਦੇ ਵਿੱਚ ਅਸੀਂ ਪਾਰਟਿਸਪੇਟ ਕਰ ਰਹੇ ਆਂ ਖੇਡਾਂ ਦੀ ਗਿਣਤੀ 33 ਆ ਤੇ ਇਵੈਂਟ ਜਿਹੜੇ ਨੇ 339 ਨੇ ਜਿਵੇਂ ਜਿੱਦਾਂ ਤੁਸੀਂ ਦੱਸਿਆ ਕਿ ਤੀਰ ਅੰਦਾਜ਼ੀ ਦੇ ਵਿੱਚ ਫਿਰ ਦੂਰ ਦੂਰ ਉਹਦੀ ਦੂਰੀ ਦੇ ਹਿਸਾਬ ਨਾਲ ਇਦਾਂ ਨਿਸ਼ਾਨੇਬਾਜ਼ੀ ਦੇ ਵਿੱਚ ਵੱਖਰੇ ਵੱਖਰੇ ਇਵੈਂਟਸ ਹਾਂਜੀ ਹਾਂਜੀ ਤੇ ਆਉਣ ਵਾਲੇ ਦਿਨਾਂ ਚ ਹੋਰ ਕਿਹੜੀਆਂ ਕਿਹੜੀਆਂ ਖੇਡਾਂ ਚ ਜਿਨ੍ਹਾਂ ਚ ਭਰਦੀਆਂ ਉਮੀਦਾਂ ਨੇ ਮੇਨ ਤੌਰ ਤੇ ਜਿਹੜਾ ਸਾਡੀ ਬਾਕਸਿੰਗ ਦੇ ਵਿੱਚ ਚੱਲ ਰਹੇ ਆ ਲੜਕੀਆਂ ਦੇ ਵਿੱਚ ਅਸੀਂ ਲੜਕੇ ਭਾਵੇਂ ਸਾਡੇ 3 ਦੋ ਜਿਹੜੇ 3 ਬਾਰ ਹੋ ਚੁੱਕੇ ਨੇ ਔਰ ਸੀਸ਼ ਕੁਮਾਰ ਔਰ ਇੱਕ ਜਿਹੜਾ ਪਹਿਲੇ ਦਿਨੀ ਵਿਕਾਸ ਕ੍ਰਿਸ਼ਨ ਤੇ ਇੱਕ ਹੋਰ ਲੜਕਾ ਜਿਹੜਾ ਸਾਡਾ ਹੈਗਾ ਉਹ ਤਿੰਨ ਲੜਕੇ ਸਾਡੇ ਬਾਹਰ ਹੋ ਗਏ ਪਰ ਵਿਮਨ ਦੇ ਵਿੱਚ ਸਾਡੀ ਜਿਹੜੀ ਫਾਈਟ ਹੈ ਉਹ ਕਾਇਮ ਹੈਗੀ ਤੇ ਅਸੀਂ ਅੱਗੇ ਵਧ ਰਹੇ ਹਾਂ ਰੈਸਲਿੰਗ ਦੇ ਵਿੱਚ ਇੰਡੀਆ ਨੂੰ ਬਹੁਤ ਹੋਪ ਨੇ ਰੈਸਲਿੰਗ ਹੋਣੀ ਹੈ ਐਥਲੈਟਿਕਸ ਦੇ ਵਿੱਚ ਇੰਡੀਆ ਨੂੰ ਤਿੰਨ ਚਾਰ ਜਿਹੜੇ ਮੈਡਲਾਂ ਦੇ ਉੱਪਰ ਸਾਡੀ ਅੱਖ ਹੈਗੀ ਹੈ ਥਰੋਆਂ ਦੇ ਵਿੱਚ ਤਾਂ ਇਸੇ ਕਿਸਮ ਦਾ ਜਿਹੜਾ ਚੱਲਦਾ ਹੈ ਜੇ ਤੀਰ ਅੰਦਾਜ਼ੀ ਦੇ ਕੁਝ ਇਵੈਂਟ ਨੇ ਜਿਹੜੇ ਉਹ ਰਹਿੰਦੇ ਨੇ ਤੇ ਕੱਲ ਹੋਣੇ ਨੇ ਉਹਨਾਂ ਤੋਂ ਵੀ ਸਾਨੂੰ ਉਮੀਦ ਹੈ ਕਿ ਇੰਡੀਆ ਦਾ ਉਹਦੇ ਵਿੱਚ ਵੀ ਕਿਉਂਕਿ ਅੱچھے ਤੀਰ ਅੰਦਾਜ਼ਾ ਸਾਡੇ ਕੋਲੇ ਟੀਮ ਇਵੈਂਟ ਦੇ ਵਿੱਚ ਸਾਡਾ ਕੋਈ ਨਾ ਕੋਈ ਮੈਡਲ ਦੇ ਨਿਸ਼ਾਨਾ ਲੱਗ ਸਕਦਾ ਹੈ ਜੀ ਡਾਕਟਰ ਸਾਹਿਬ ਫਿਰ ਅੱਜ ਤੱਕ ਦਾ ਸਫਰ ਤਾਂ ਇੰਨਾ ਹੀ ਆ ਫਿਰ ਕੱਲ ਜਿਵੇਂ ਜਿਵੇਂ ਨਵੀਆਂ ਖੇਡਾਂ ਹੋਣਗੀਆਂ ਨਵੇਂ ਇਵੈਂਟ ਹੋਣਗੇ ਤੇ ਉਹਨਾਂ ਦੇ ਰਿਜ਼ਲਟ ਆਉਣਗੇ ਉਹਨਾਂ ਨੂੰ ਲੈ ਕੇ ਫਿਰ ਆਪਾਂ ਗੱਲ ਕਰਦੇ ਹਾਂ ਜੀ ਦੋਸਤੋ ਦੁਨੀਆ ਦਾ ਸਭ ਤੋਂ ਵੱਡਾ ਖੇਡ ਮਹਾਉਤਸਵ ਇੱਥੇ ਪਹੁੰਚਣਾ ਇੱਥੇ ਤੱਕ ਪੇਸ਼ਕਾਰੀ ਕਰਨੀ ਆਪਣੀ ਖੇਡ ਨੂੰ ਉਸੇ ਤੱਕ ਲੈ ਕੇ ਜਾਣਾ ਹੀ ਬਹੁਤ ਵੱਡੀ ਗੱਲ ਹੈ ਜਿੰਨਾ ਹਾਰਨਾ ਬਾਅਦ ਦੀ ਗੱਲ ਹੈ 200 ਤੋਂ ਜ਼ਿਆਦਾ ਮੁਲਕ ਨੇ ਜਿਨ੍ਹਾਂ ਡਾਕਟਰ ਸਾਹਿਬ ਨੇ ਦੱਸਿਆ ਤੇਤੀ ਖੇਡਾਂ ਨੇ ਤੇ 339 ਇਵੈਂਟਸ ਨੇ ਬਹੁਤ ਮਿਹਨਤ ਕਰਨੀ ਬਣਦੀ ਆ ਉੱਥੇ ਕੁਆਲੀਫਾਈ ਕਰਨਾ ਹੀ ਆਪਣੇ ਆਪ ਵਿੱਚ ਵੱਡੀ ਗੱਲ ਆ ਸਾਡੇ 127 ਪਲੇਅਰ ਗਏ ਨੇ ਤੇ ਅਸੀਂ ਆਸ ਰੱਖਦੇ ਹਾਂ ਕਿ ਪਿਛਲੀ ਵਾਰ ਨਾਲੋਂ ਜਿਹੜੇ ਰਿਜ਼ਲਟ ਆ ਉਹ ਚੰਗੇ ਆਉਣ ਤੇ ਅਸੀਂ ਆਪਣੇ ਯੂਥ ਨੂੰ ਇਹ ਸਲਾਹ ਦਿੰਨੇ ਆ ਕਿ ਤੁਸੀਂ ਖੇਡੋ ਜ਼ਰੂਰ ਉਹਦੇ ਨਾਲ ਜੇ ਤੁਸੀਂ ਤਮਗੇ ਤੱਕ ਨਹੀਂ ਵੀ ਪਹੁੰਚਦੇ ਤਗਮੇ ਤੱਕ ਤੁਸੀਂ ਨਹੀਂ ਵੀ ਪਹੁੰਚਦੇ ਤਾਂ ਘੱਟੋ ਘੱਟ ਆਪਣੀ ਸਿਹਤ ਨੂੰ ਤਾਂ ਚੰਗੇ ਰੱਖ ਹੀ ਸਕਦੇ ਆ ਇਹਨਾਂ ਆਸ਼ਾਵਾਂ ਨਾਲ ਅੱਜ ਦਾ ਪ੍ਰੋਗਰਾਮ ਨੂੰ ਬ੍ਰੇਕ ਦਿੰਨੇ ਆ ਕਿ ਕੱਲ ਕੁਝ ਹੋਰ ਚੰਗੀਆਂ ਗੱਲਾਂ ਵਾਪਰਨਗੀਆਂ ਕੁਝ ਹੋਰ ਚੰਗੇ ਖਿਡਾਰੀ ਸਾਨੂੰ ਜਿੱਤ ਦਿਖਾਉਣਗੇ ਤੇ ਫਿਰ ਅਸੀਂ ਕਰਾਂਗੇ ਅਗਲੀਆਂ ਗੱਲਾਂ ਬਾਤਾਂ ਤਦ ਤੱਕ ਲਈ ਦਿਓ ਇਜਾਜ਼ਤ ਸਤਿ ਸ਼ਕਾਲ ਸਤਿ ਸ਼ਕਾਲ ਜੀ